एवन पंजाबी निडर निरपक्ष नवी सोच, मैं थोड़ा दोस्त सोम सहोता तो लैके हाजिर हाँ। करंट इशू लिए चलते हैं दिल्ली। दोस्तों मैं दसना चाहता कि जिमें तुसी जानते हो कि सब तो पहले 29 दिसंबर की एक मीटिंग रखी गई सी, वो मीटिंग किन्हां वालों कैंसल हुई है उस पर गलबात करांगे। और अज 30 तारीख है, 30 दिसंबर है, और अज भी किसान जथेबंदियों की और केंद्र सरकार के नाल एक बड़ी अहम मीटिंग है। लेकिन किसान जथेबंदियों के पहला प्रोग्राम से 29 तारीक की मीटिंग लैके कि 30 तारीक न ट्रैक्टर मार्च कढ़िया जाएगा पूरे वार्डर के उपर, और दोबारा फिर वो मीटिंग कैंसल हो गई। कैंसल किन्हां वालों हुई, किन्हां वालों पोस्टपोन हुई है, इस विषय पर पूरी गलबात मेरे न दिल्ली तो जुड़ चुके हैं चरणजीत सिंह जी। उन्हां नाल गलबात करते हैं। चरणजीत सिंह जी, की अपडेट है दिल्ली की, जे मीटिंग नू लैके गल करिए तां? देखो जी, जिहड़ी अज दी मीटिंग है जी, उहदे बारे सरकार अपना पक्ष पहले ही रख चुकी हुई है। अगर नहीं पता तो मैं दोबारा दस देना जी। जी जरूर दसो। सुप्रीम कोर्ट ने गाइडलाइन दित्ती सी कि तुसी किसानां दे नाल मीटिंग करो, ते उस मीटिंग दे दौरान जदों तक ये मीटिंग होएगी ये तां तक कानून सस्पेंड रहणगे जी। ते अटारनी जनरल भारत सरकार दे उहने कहा सी कि मैं सरकार कोलों पुछ के दसांगा जी। उस अटारनी जनरल ने सरकार कोलों पुछ के अज तक सुप्रीम कोर्ट नूं कुछ नहीं दस्या जी। ए गल नोट करन वाली है, पॉइंट इज नोटेड, बिल्कुल ना कानूनी भाषा च जी। जी ठीक है जी। हुण आ गई अगली गल। अगली गल ए कि क्यों हुई प्लान बनाया हुआ किसानों के खिलाफ जी, ओदी पूरी तैयारी नहीं हुई सी जी। ते हुण अज दी जड़ी मीटिंग है, अज दी मीटिंग तो पहला तुसी लगातार देख रहे होगे भारत सरकार दे जिन्ने भी तथा कथित मंत्री हैगे ने जी, ते प्रधानमंत्री समेत सारिआं दे बयान इस तरह दे आ रहे ने कि ओ मीटिंग दे विच किसानां नूं धमकाण लई बुला रहे ने जी। बिल्कुल बिल्कुल। ते किसान फिर भी मैं कहना जोधे ने सूरमे हैगे ने ओ गिद्दण दी मान विच जा रहे ने। ओ सूरमे जिहड़े ने ओ बहुत सारे जिहनूं कहिंदे ने गिद्दण जी, उहनां दी मान विच जा रहे ने। लेकिन सिट्टा ए, सिट्टा जिहड़ा है ना, सिट्टा जिहड़ा ए निकलेगा, तुसी मैं तुहानूं दसना चाहांगा, सिट्टा ए निकलेगा कि अज दी मीटिंग दा वी 99% जिहड़ा भाग मैं तुहानूं दसना चाह रहा वां ਉਹ ਕੋਈ ਫੈਸਲਾ ਨਹੀਂ ਹੋ ਪਾਏਗਾ ਕਿਉਂਕਿ ਸਰਕਾਰ ਜਿਹੜੀ ਹੈ ਉਹ ਇਮਾਨਦਾਰ ਨਹੀਂ ਹੈ। ਲੇਕਿਨ ਚਰਨਜੀਤ ਸਿੰਘ ਜੀ, ਜੇ ਪੰਜਾਬ ਦੇ ਬੀਜੇਪੀ ਦੇ ਆਗੂਆਂ ਦੀ ਗੱਲ ਕਰੀਏ ਤਾਂ ਉਹ ਤਾਂ ਕਹਿ ਰਹੇ ਨੇ ਕਿ ਸੋਧ ਕੀਤੀ ਜਾ ਸਕਦੀ ਹੈ, ਬਿੱਲ ਵਾਪਸ ਨਹੀਂ ਕੀਤੇ ਜਾ ਸਕਦੇ। ਤੇ ਪੰਜਾਬ ਦੇ ਜਿੰਨੇ ਵੀ MP ਹੈਗੇ ਨੇ, ਮੈਂ ਤੁਹਾਡੇ ਚੈਨਲ ਤੇ ਇੱਕ ਲਫ਼ਜ਼ ਬੋਲਣਾ ਚਾਹਾਂਗਾ ਕਿ ਖਾ ਕੇ ਜੋ ਆਦਮੀ ਕਿਸੇ ਦਾ ਖਾਂਦਾ ਹੈ ਨਾ ਜੀ, ਤੇ ਖਾ ਕੇ ਅਗਰ ਉਹ ਇਮਾਨਦਾਰੀ ਦੇ ਨਾਲ ਆਪਣਾ ਕੰਮ ਕਰੇ ਤੇ ਉਹਨੂੰ ਇਮਾਨਦਾਰ ਕਹਿੰਦੇ ਨੇ ਜੀ। ਜੀ ਬਿਲਕੁਲ। ਤੇ ਜਿਹੜਾ ਖਾ ਕੇ ਇਮਾਨਦਾਰੀ ਨਾਲ ਕੰਮ ਨਾ ਕਰੇ ਤੇ ਉਹਨੂੰ ਬੇਈਮਾਨ ਕਹਿੰਦੇ ਨੇ। ਸਨੀ ਦਿਓਲ ਨੂੰ ਹੁਣ ਆਪਾਂ ਕੀ ਕਹਾਂਗੇ? ਮਹਾ ਬੇਈਮਾਨ, ਮਤਲਬ ਬੇਈਮਾਨਾਂ ਦਾ ਬੱਚਾ, ਕਿਉਂਕਿ ਕਿਸਾਨੀ ਪਰਿਵਾਰ ਦੇ ਨਾਲ ਉਹ ਪਰਿਵਾਰ ਜੁੜਿਆ ਆ। ਲੇਕਿਨ ਉਸ ਦੇ ਬਾਵਜੂਦ ਵੀ ਮਤਲਬ ਕੋਈ ਵੀ ਉਸਦਾ ਬਿਆਨ ਕਿਸਾਨਾਂ ਮਜ਼ਦੂਰਾਂ ਦੇ ਪੱਖ ਵਿੱਚ ਨਹੀਂ ਆਇਆ। ਤੁਸੀਂ ਦੇਖੋ ਧਰਮਿੰਦਰ ਦੀਆਂ ਰੋਜ਼ ਵੀਡੀਓ ਆਉਂਦੀਆਂ ਨੇ ਕਿ ਬਈ ਮੈਂ ਆਪਣੇ ਫਾਰਮ ਹਾਊਸ 'ਚ ਬੈਠਾ ਜੀ। ਬਿਲਕੁਲ ਆਉਂਦੀਆਂ ਨੇ। ਤੇ ਉਸ ਧਰਮਿੰਦਰ ਨੂੰ ਵੀ ਸ਼ਰਮ ਨਹੀਂ ਆਉਂਦੀ ਪਈ, ਉਹ ਵੀ ਅਮਿਤਾਭ ਬੱਚਨ ਦੀ ਰਾਹ ਤੇ ਤੁਰ ਪਿਆ ਜੀ, ਕਿਉਂਕਿ ਅਮਿਤਾਭ ਬੱਚਨ ਤੇ ਗੱਦਾਰ ਹੈ ਹੀ ਸੀ, ਇਹ ਵੀ ਗੱਦਾਰ ਹੋ ਗਿਆ ਜੀ। ਮਤਲਬ ਜਿਹੜੇ ਫਿਲਮਾਂ ਦੇ ਉੱਪਰ ਚਿਹਰੇ ਨਜ਼ਰ ਆਉਂਦੇ ਆ, ਹੁਣ ਉਹਨਾਂ ਦੇ ਅਸਲੀ ਚਿਹਰੇ ਜਿਹੜੇ ਆ ਉਹ ਸਾਹਮਣੇ ਆ ਰਹੇ ਨੇ। ਉਹਨਾਂ ਦੇ ਅਸਲੀ ਚਿਹਰੇ ਸਾਹਮਣੇ ਆ ਗਏ ਹੈ। ਹੋਰ ਇੱਕ ਖਾਸ ਗੱਲ ਤੁਹਾਨੂੰ ਮੈਂ ਇੱਥੇ ਇੱਕ ਇੰਪੋਰਟੈਂਟ ਗੱਲ ਕਹਿਣਾ ਚਾਹਾਂਗਾ ਜੀ। ਇੱਕ ਬਹੁਤ ਵੱਡਾ ਕਵੀ ਹੈਗਾ ਕੁਮਾਰ ਵਿਸ਼ਵਾਸ ਜੀ। ਜੀ ਉਹ ਕੁਮਾਰ ਵਿਸ਼ਵਾਸ ਵੀ ਆਪਣੇ ਆਪ ਨੂੰ ਬੜਾ ਦੇਸ਼ ਭਗਤ ਕਹਿੰਦਾ ਸੀ, ਬੜੀਆਂ ਵਧੀਆ ਵਧੀਆ ਕਵਿਤਾਵਾਂ ਲਿਖਦਾ ਹੁੰਦਾ ਸੀ। ਉਹ ਵੀ ਜਾ ਕੇ ਪਤਾ ਨੀ ਕਿੱਥੇ ਜਾ ਕੇ ਢੱਟੇ ਖੂਹ ਚ ਪੈ ਗਿਆ। ਇਹਨਾਂ ਦਿਨਾਂ ਵਿੱਚ ਕੋਈ ਬਿਆਨਬਾਜ਼ੀ ਨੀ ਆਈ ਉਹਦੀ ਵੀ? ਇਹਨਾਂ ਦਿਨਾਂ ਚ ਉਹਦੀ ਕੋਈ ਬਿਆਨਬਾਜ਼ੀ ਨੀ, ਆਸ਼ੂਤੋਸ਼ ਦੀ ਕੋਈ ਬਿਆਨਬਾਜ਼ੀ ਨੀ, ਇਹਨਾਂ ਦਿਨਾਂ ਦੇ ਵਿੱਚ ਕਿਸੇ ਵੱਡੇ ਚੈਨਲ ਦੀ ਕੋਈ ਬਿਆਨਬਾਜ਼ੀ ਨੀ, GTV ਦੀ ਕੋਈ ਬਿਆਨਬਾਜ਼ੀ ਨਹੀਂ। ਇਹ ਲੋਕ ਤੁਸੀਂ ਦੇਖੋਗੇ ਚੈਨਲ ਦੇ ਐਂਕਰ ਜਿਹੜੇ ਨੇ ਉਹ ਸੱਤਾ ਦੇ ਦਲਾਲ ਬਣ ਕੇ ਦਲਾਲੀ ਕਰਦੇ ਪਏ ਨੇ, ਮੈਂ ਸਾਰਿਆਂ ਨੂੰ ਖੁੱਲਾ ਕਹਿਣਾ ਚਾਹਾਂਗਾ। ਲੇਕਿਨ ਚਰਨਜੀਤ ਸਿੰਘ ਦੀ ਅੱਜ ਦੀ ਜਿਹੜੀ ਮੀਟਿੰਗ ਹੈ,
ਅੱਜ ਦੀ ਮੀਟਿੰਗ ਜਿਹੜੀ ਹੈ, ਅਸੀਂ ਤਾਂ ਦੁਆ ਕਰਦੇ ਹਾਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਕਿ ਅੱਜ ਦੀ ਮੀਟਿੰਗ ਕਿਸਾਨਾਂ ਦੇ ਔਰ ਮਜ਼ਦੂਰਾਂ ਦੇ ਪੱਖ ਦੇ ਵਿੱਚ ਹੋਵੇ ਔਰ ਕੋਈ ਨਾ ਕੋਈ ਡਿਸੀਜਨ ਜ਼ਰੂਰ ਨਿਕਲੇ। ਬਾਈ ਦੀ ਬੇ ਕੋਈ ਰਿਜ਼ਲਟ ਨਹੀਂ ਨਿਕਲਦਾ, ਕੀ ਦੁਬਾਰਾ ਕਿਸਾਨ ਜਥੇਬੰਦੀਆਂ ਨੂੰ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਨੀ ਚਾਹੀਦੀ ਜਾਂ ਨਹੀਂ? ਦੇਖੋ ਜੀ, ਕਿਸਾਨ ਜਥੇਬੰਦੀਆਂ ਬਹੁਤ ਹੀ ਉਦਾਰ ਹੈਗੀਆਂ ਨੇ। ਜਿੱਦਾਂ ਇੱਕ ਭੋਲਾ ਜਿਹਾ ਬੱਚਾ ਹੁੰਦਾ ਹੈ ਨਾ ਜੀ, ਉਹ ਬਾਰ 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 ਇਹਨਾਂ ਗਿੱਦੜਾਂ ਦੀ ਜਿਹੜੀ ਬਣਾਈ ਹੋਈ ਚਾਲ ਹੈ ਨਾ, ਉਹਦੇ ਵਿੱਚ ਜਾਂਦਾ ਜੀ, ਤੇ ਉਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਵਾਪਸ ਆ ਪਾ ਰਿਹਾ। ਬਿਲਕੁਲ, ਅੱਜ ਬਿਹਾਰ ਦੇ ਵਿੱਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਤੇ ਉੱਥੇ ਦੇਸ਼ ਦੀ ਜਿਹਨੂੰ ਆਪਾਂ ਕਵਾਂਗੇ ਖੂਨ ਚੂਸਣ ਵਾਲੀ ਪੁਲਿਸ ਨੇ ਉੱਥੇ ਲਾਠੀ ਚਾਰਜ ਕੀਤਾ ਜਨਾਨੀਆਂ ਤੇ ਬੱਚਿਆਂ ਤੇ। ਜੀ ਬਿਲਕੁਲ, ਬੜੀ ਮੰਦਭਾਗੀ ਘਟਨਾ, ਬੜੀ ਮੰਦਭਾਗੀ ਘਟਨਾ। ਮੈਂ ਇਹ ਪੁੱਛਣਾ ਚਾਹੁੰਦਾ ਵਾ ਕਿ ਇਸ ਪੁਲਿਸ ਨੂੰ, ਜਿਹੜੀ ਪੁਲਿਸ ਜਨਤਾ ਦਾ ਪੈਸਾ ਖਾਂਦੀ ਹੈ, ਇਹ ਲਾਠੇ ਜਾਂ ਡੰਡੇ ਚਲਾਉਣ ਦਾ ਅਧਿਕਾਰ ਕਿਹਨੇ ਦਿੱਤਾ? ਬਿਲਕੁਲ, ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਕਿਸਾਨ ਜਿਹੜਾ ਹੈਗਾ, ਕਿਸਾਨ ਹੀ ਨਹੀਂ ਆਮ ਆਦਮੀ ਵੀ ਬਹੁਤ ਪਰੇਸ਼ਾਨ ਹੈ। ਅੱਜ ਇੱਕ ਵੀਡੀਓ ਆਈ ਹੈ, ਉਹਦੇ ਵਿੱਚ ਇੱਕ ਸਰਦਾਰ ਜੀ ਦਿਖਾ ਰਹੇ ਨੇ ਕਿ 600 ਰੁਪਏ ਦੀ ਤੁਹਾਨੂੰ 1 ਕਿਲੋ ਗੋਭੀ ਮਿਲੇਗੀ ਪੈਕਡ। ਬਿਲਕੁਲ ਬਿਲਕੁਲ, ਪੈਕਿੰਗ ਵੀ ਕੀਤੀ ਹੋਈ। ਹਾਂਜੀ, 600 ਰੁਪਏ ਦੀ ਗੋਭੀ ਮਿਲੇਗੀ ਪੈਕਡ, ਤੇ ਹਿੰਦੁਸਤਾਨ ਦੇ ਅੰਨੇ, ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਜਿੰਨੇ ਵੀ ਸੁਣਦੇ ਪਏ ਨੇ, ਉਹ ਅੰਨੇ ਅੰਧ ਭਗਤ, ਉਹਨਾਂ ਨੂੰ ਇਹ ਨਜ਼ਰ ਨਹੀਂ ਆ ਰਿਹਾ ਕਿ ਤੁਹਾਡੇ ਨਾਲ ਕੀ ਹੋਣ ਜਾ ਰਿਹਾ ਹੈ, ਔਰ ਫਿਰ ਵੀ ਤੁਸੀਂ ਸਮਰਥਨ ਕਰ ਰਹੇ ਹੋ, ਝੂਠਾ ਮੂਠਾ ਜਿਹੜਾ ਵੀ ਸਮਰਥਨ ਤੁਸੀਂ ਕਰ ਰਹੇ ਹੋ, ਔਰ ਦੇਸ਼ ਦਰੋਹੀ ਜਿੰਨੇ ਵੀ ਮੰਤਰੀ ਹੈਗੇ ਨੇ ਦੇਸ਼ ਦੇ ਸਮੇਤ ਪ੍ਰਧਾਨ ਮੰਤਰੀ ਦੇਸ਼ ਦਰੋਹੀ, ਇਹਨੂੰ ਸ਼ਰਮ ਨਹੀਂ ਆ ਰਹੀ ਕਿਸ ਤਰ੍ਹਾਂ ਦੇ ਬਿਆਨ ਦੇ ਰਿਹਾ? ਸੋਮ ਜੀ, 45 ਸ਼ਹੀਦੀਆਂ ਹੋ ਚੁੱਕੀਆਂ ਨੇ ਕਿਸਾਨਾਂ ਦੀਆਂ ਜੀ, ਔਰ ਇਹ ਸ਼ਹੀਦੀਆਂ ਜਿਹੜੀਆਂ ਨੇ, ਇਹ ਹੱਤਿਆਵਾਂ ਨੇ ਮੋਦੀ ਦੇ ਦੁਆਰਾ ਕੀਤੀ ਗਈਆਂ ਜੀ, ਮੋਦੀ ਸਰਕਾਰ ਦੇ ਦੁਆਰਾ ਕੀਤੀਆਂ ਗਈਆਂ ਹੱਤਿਆਵਾਂ ਨੇ। ਤੁਸੀਂ ਦੇਖੋ ਅੱਜ ਦਾ ਮੀਡੀਆ, ਇੱਕ ਸੁਸ਼ਾਂਤ ਜਿਹੜਾ ਹੈਗਾ ਐਕਟਰ ਮਰ ਗਿਆ ਸੀ, ਸਾਰਾ ਮੀਡੀਆ 15 ਦਿਨ ਰੋਂਦਾ ਰਿਹਾ ਸੀ। 40 ਕਿਸਾਨਾਂ ਦੀਆਂ ਮੌਤਾਂ ਤੇ ਮੀਡੀਆ ਦੇ ਅਥਰੂ ਨਹੀਂ ਨਿਕਲੇ। ਬਿਲਕੁਲ, ਸ਼ਰਮ ਔਰ ਮੰਦ ਭਾਗਾ ਮੀਡੀਆ ਹਿੰਦੁਸਤਾਨ ਦਾ, ਔਰ ਮੀਡੀਆ ਦੇ ਖਿਲਾਫ਼ ਹਰ ਰੋਜ਼ ਆਵਾਜ਼ ਉਠਾਈ ਜਾਂਦੀ ਹੈ। ਮੀਡੀਆ ਦੇ ਖਿਲਾਫ਼ ਜਿਹੜਾ ਗੋਦੀ ਮੀਡੀਆ ਹੈ, ਉਹਨਾਂ ਨੂੰ ਤਾਂ ਧਰਨਿਆਂ ਦੇ ਵਿੱਚ ਐਂਟਰ ਕਰਨ ਤੱਕ ਨਹੀਂ ਦਿੱਤਾ ਜਾ ਰਿਹਾ। ਬਿਲਕੁਲ ਇੰਟਰ ਨਹੀਂ ਕਰਨ ਦਿੱਤਾ ਜਾ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਗੱਦਾਰੀ ਕਰਨਗੇ। ਤੁਸੀਂ ਦੇਖੋ ਉੱਥੇ ਸੇਵਾ ਹੋ ਰਹੀ ਸੀ ਪੈਰਾਂ ਦੀ, ਤੇ ਉਹਨੂੰ ਸਿੱਖ ਐਡ ਨੂੰ ਇਹਨਾਂ ਨੇ ਆਤੰਕਵਾਦੀ ਸੰਗਠਨ ਘੋਸ਼ਿਤ ਕਰਤਾ, ਆਤੰਕਵਾਦੀ ਘੋਸ਼ਿਤ ਕਰ ਚੁੱਕੀ ਹੈ, ਲੇਕਿਨ ਇਹ ਮੰਨਣ ਨੂੰ ਤਿਆਰ ਨਹੀਂ ਹੈਗੇ। ਬਿਲਕੁਲ ਬਿਲਕੁਲ, ਇਸ ਕਰਕੇ ਜੋ ਇਸ ਵੇਲੇ ਦੇਸ਼ ਦੀ ਹਾਲਾਤ ਹੈ, ਅੰਤਰਰਾਸ਼ਟਰੀ ਕੋਰਟ ਦੇ ਵਿੱਚ ਮਾਮਲੇ ਜਾ ਚੁੱਕੇ ਨੇ, ਅੰਤਰਰਾਸ਼ਟਰੀ ਕਮਿਊਨਿਟੀ ਨੂੰ ਪਤਾ ਹੈ, ਜਲਦੀ ਹੀ ਕੋਈ ਨਾ ਕੋਈ ਵੱਡਾ ਫੈਸਲਾ ਉਧਰੋਂ ਆਏਗਾ। ਮੈਂ ਖੁਦ ਵੀ ਅੰਤਰਰਾਸ਼ਟਰੀ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ਼, ਭਾਰਤ ਸਰਕਾਰ ਦੇ ਖਿਲਾਫ਼ ਕੇਸ ਕਰ ਚੁੱਕਿਆ, ਜੋ ਕਿ ਤੁਹਾਨੂੰ ਪਤਾ ਹੀ ਹੋਏਗਾ। ਵਾਕਿਆ ਚਰਨਜੀਤ ਸਿੰਘ ਜੀ, ਆਪਾਂ ਸਮਝ ਸਕਦੇ ਹਾਂ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜੋ ਕਿਸਾਨ ਜਥੇਬੰਦੀਆਂ ਨੇ, ਮਜ਼ਦੂਰ ਜਥੇਬੰਦੀਆਂ ਨੇ, ਉਹ ਸਾਂਝੇ ਤੌਰ 'ਤੇ ਬੜੇ ਹੀ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਦੇ ਹਰ ਬਾਰਡਰ ਦੇ ਉੱਪਰ ਪ੍ਰੋਟੈਸਟ ਕਰ ਰਹੇ ਨੇ, ਲੇਕਿਨ ਕੇਂਦਰ ਸਰਕਾਰ ਦੇ ਉੱਪਰ ਜ਼ਰਾ ਜਿੰਨਾ ਵੀ ਕੋਈ ਅਸਰ ਨਹੀਂ ਹੋ ਰਿਹਾ। ਖੈਰ, ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਹੋਏਗਾ। ਅੱਜ ਦੀ ਮੀਟਿੰਗ 'ਤੇ ਨਜ਼ਰ ਰੱਖੀ ਹੋਈ ਹੈ ਈਵਨ ਪੰਜਾਬੀ ਚੈਨਲ ਨੇ, ਪਲ ਪਲ ਦੀ ਜਿਹੜੀ ਖਬਰ ਹੈ ਉਹ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। ਲੇਕਿਨ ਮੀਟਿੰਗ ਪੋਜ਼ਿਟਿਵ ਹੋਣੀ ਚਾਹੀਦੀ ਹੈ, ਔਰ ਕੇਂਦਰ ਸਰਕਾਰ ਵੱਲੋਂ ਜਿਹੜੇ ਪਾਸ ਕੀਤੇ ਹੋਏ ਕਾਲੇ ਕਾਨੂੰਨ ਹੈ ਉਹ ਵਾਪਸ ਲੈਣੇ ਚਾਹੀਦੇ ਨੇ, ਔਰ ਤਾਂ ਕਿ ਕਿਸਾਨਾਂ ਨੂੰ ਅਤੇ ਮਜ਼ਦੂਰਾਂ ਨੂੰ ਰਾਹਤ ਮਿਲੇ। ਚਰਨਜੀਤ ਜੀ, ਬਹੁਤ ਬਹੁਤ ਮਿਹਰਬਾਨੀ। ਦੋਸਤੋ, ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਈਵਨ ਪੰਜਾਬੀ ਟੀਵੀ ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਰਿਲੀਫ
जिन्हें मेरा एक कॉन्फिडेंस बिल्ड किया जिसे लगान नाल मैं मार्केट से बड़ा ही कॉन्फिडेंट हाँ और ये मैं बड़ा फायदा होया तो मैं सर्वाइकल की भी दिक्कत सी तो भी मैं बड़ा रिलीफ मिलिया ये यूज़ करो तो मैं प्रैक्टिकल यूज़ कर रहा। मौजूदा हालातों पर नज़र मारीए तो इंसान तरह तरह दी बीमारियों नाल जूझ रहा है। इंसान बीमारियों तो छुटकारा पाउण लई तरह तरह के उपराले भी करता है और जिवें तुहाडे दुखां नूं मद्देनज़र रखते हुए इस तो पहला फीर लीफ ऑयल तैयार किया गया जिस द्वारा 125 बीमारियों का इलाज किया गया तो हुण एक होर प्रोडक्ट तुहानूं दुखां तो नजात दवाउण लई हाज़र है फीर लीफ पावर जिस दे नाल तरह तरह दीआं कमजोरियां नूं दूर किया जा सकता है जिवें मरदाना कमजोरी अंतरियां दी सोजिश पेशाब विच जलन दिल की कमजोरी खून की कमी अते दिमाग नूं तेज़ करता है। अलग अलग लैबोरेटरियां तो आयुर्वैदिक माहरां द्वारा टैसट हो के आप सब दे रूबरू है और जिस दे विच कई तरह दीआं आयुर्वैदिक जड़ियां बूटियां अते कई तरह के पसम मिला के तैयार किया गया है वह नौजवानों लई बड़ा वरदान सिद्ध हो रहा है। जो नौजवान मरदाना कमजोरी नाल जूझ रहे ने वह हुण फी रिलीफ पावर का इस्तेमाल करन तो बाद दोबारा खोई हुई मरदाना ताकत नूं हासिल कर सकते ने। ये मेडिसन 100% आयुर्वैदिक है इसका कोई भी साइड इफेक्ट नहीं है। तुसीं वधेरे जानकारी लई संपर्क कर सकते हो 94 784 84 087।